ਸਾਰਿਆਂ ਨੂੰ ਜੀ ਅਤੇ ਹੱਸੇ ਵੱਜਦੇ ਰਹੋ ਜਿੰਦੇ ਰਹੋ ਜੀ। ਅਤੇ ਅੱਜ ਕੋਈ ਵੀਡੀਓ ਦਾ ਕੋਈ ਖਾਸ ਪ੍ਰੋਗਰਾਮ ਕਿਉਂਕਿ ਜਿੰਨਾ ਚਿਰ ਮਾਤਾ ਪਿਤਾ ਸਿਰ 'ਤੇ ਹੁੰਦੇ ਆ ਨਾ ਬੰਦਾ ਬੱਚਾ ਹੀ ਰਹਿੰਦਾ, ਭਾਵੇਂ ਉਹ 70 ਸਾਲ ਦਾ ਹੋਵੇ ਭਾਵੇਂ 80 ਸਾਲ ਦੇ ਹੋਵੇ, ਮੈਂ ਕਹਿੰਦਾ ਜਦੋਂ ਚੱਲ ਜਾਂਦੇ ਆ ਫਿਰ ਘਾਟਾ ਪੈ ਜਾਂਦਾ। ਮਾਂ ਹੁੰਦੀ ਆ ਮਾਂ ਮੇਰਾ, ਫਿਰ ਆਪ ਬਣ ਜਾਂਦਾ ਵਾ ਅਤੇ ਮਾਤਾ ਪਿਤਾ ਆਪ ਬਣ ਜਾਂਦਾ ਵਾ ਅਸਲੀ। ਚਲੋ ਠੀਕ ਹੈ ਜੀ। ਹੋ ਗਿਆ ਬੰਦ ਅਤੇ ਹੁਣ ਲੱਗ ਗਿਆ ਫਟ ਫਟੀਆ, ਲੱਗ ਗਿਆ ਨੰਬਰੀ। ਚਲੋ ਪੂਰਾ ਕੰਮ ਫਿਰ ਚਲਾਉਂਦੇ ਆ। ਹੁਣ ਸਮਝ ਰਹੇ ਆ ਵੀ ਇੱਥੇ ਰਸ ਹੋ ਗਈ ਆ, ਪਨਾਮਨਾ ਚੱਲ ਰਿਹਾ ਵਾ ਅਤੇ ਉਸ ਤੋਂ ਬਾਅਦ 10 ਮਿੰਟ ਬਾਅਦ ਇੱਥੋਂ ਮਹਾਰਾਜ ਜੀ ਪ੍ਰਕਾਸ਼ ਲੈ ਕੇ ਅਤੇ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਜਿਹੜਾ ਕਿ ਆਹ ਸਾਹਮਣੇ ਆ। ਆ ਗਿਆ ਜੀ ਘਰ, ਕਿਉਂਕਿ ਇੱਥੇ ਜਿਹੜਾ ਲੰਗਰ ਦਾ ਰੂਪ ਹੈ ਨਾ ਬ੍ਰੇਕਫਾਸਟ, ਉਹ ਕਰਕੇ ਸੰਗਤਾਂ ਨੂੰ ਬੇਨਤੀ ਕੀਤੀ ਜਾਣ ਡੀ ਹੈ ਵੀ ਗੁਰਦੁਆਰਾ ਸਾਹਿਬ ਜਾਓ। ਹੁਣ ਬੇਨਤੀ ਹੋ ਗਈ ਆ
ਹੁਣ ਸੰਗਤਾਂ ਇੱਥੋਂ ਜਾ ਰਹੀਆਂ ਗੁਰਦੁਆਰਾ ਸਾਹਿਬ ਕੀਰਤਨ ਸਮਾਗਮ ਗੁਰਦੁਆਰਾ ਸਾਹਿਬ ਹੋਣਾ। ਇਹ ਭਰ ਗਿਆ ਹੁਣ ਪਿਤਾ ਸ਼੍ਰੀ ਆ ਗਏ ਆ, ਇਹਨਾਂ ਨੂੰ ਚੁਕਾ ਗਏ ਫਿਰ ਜਾਂਦੇ ਹਾਂ। ਛੱਕ ਕੇ ਨਾ ਪਕੌੜੇ ਉਹਦੇ ਪੁੱਤ ਰੁੱਕ ਕੇ ਰੱਖੋ। ਹੁਣ ਆਪਾਂ ਚੱਲੇ ਹਾਂ ਜੀ ਗੁਰਦੁਆਰਾ ਸਾਹਿਬ ਅਤੇ ਮੇਰੇ ਨਾਲ ਆਇਆ ਜੀ ਪ੍ਰੋਫੈਸਰ ਪਰਮਜੀਤ ਸਿੰਘ ਜੀ ਨਿੱਕੇ ਘੁੰਮਣ ਅਤੇ ਜਿਹਨਾਂ ਕਿ ਅਜੀਤ ਸਾਰੀਆਂ ਹੀ ਅਖਬਾਰਾਂ ਲਗਭਗ ਮੈਗਜ਼ੀਨ ਅਖਬਾਰਾਂ ਇਹਨਾਂ ਦੇ ਆਰਟੀਕਲਾਂ ਨਾਲ ਭਰੀਆਂ ਹੋਣਗੀਆਂ, ਤੁਸੀਂ ਪੜ੍ਹੀਆਂ ਹੋਣਗੀਆਂ। ਹੋਰ ਠੀਕ ਠਾਕ ਜੀ? ਹੋਰ ਕੋਈ ਨਵੀਂ ਤਾਜ਼ੀ? ਬਸ ਕਿਰਪਾ ਜੀ। ਚਲੋ ਹੁਣ ਜਾ ਕੇ ਤਾਂ ਆਪਾਂ ਵਿਰਾਗਮਈ ਕੀਰਤਨ ਹੋਣ ਡਿਆ ਵਾ, ਆਪਾਂ ਵੀ ਸੁਣਦੇ ਹਾਂ ਅਤੇ ਤੁਹਾਨੂੰ ਵੀ ਸੁਣਾਉਂਦੇ ਹਾਂ ਜੀ। ਸਰੋਪੇ ਆ, ਸਰੋਪੇ ਆਪਾਂ ਰੱਖ ਲੈਂਦੇ ਹਾਂ ਗੱਡੀ 'ਚ ਅਤੇ ਜਦੋਂ ਐਂਡ ਆਊਗਾ ਟਾਈਮ ਉਦੋਂ ਸਮਰਪਿਤ ਕਰ ਦਾਂਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ। Oh!
ਬੜੀਆਂ ਕਰਾਮਾਤਾਂ ਵਿਖਾਈਆਂ। ਔਰੰਗਜ਼ੇਬ ਵੀ ਬੜਾ ਖੁਸ਼ ਹੋਇਆ ਕਿ ਇਹ ਤੇ ਕੋਈ ਬਹੁਤ ਚਮਤਕਾਰੀ ਹੈ, ਬੜੀ ਕਿਰਪਾ। ਤੇ ਜਿਨ੍ਹਾਂ ਨੂੰ ਗੁਰਸਿੱਖਾਂ ਦੀ ਇਹ ਗੱਲ ਚੰਗੀ ਨਹੀਂ ਸੀ ਨਾ ਲੱਗਦੀ, ਉਹਨਾਂ ਮੌਲਵੀਆਂ ਨੇ ਆਖਿਆ ਕਿ ਰਾਜਾ ਇੰਨਾ ਖੁਸ਼ ਨਾ ਤੂੰ ਹੋ ਕਿ ਤੂੰ ਬੜਾ ਖੁਸ਼ ਹੋ ਰਿਹਾ। ਇਹਨਾਂ ਨੇ ਜਿਹੜਾ ਇਹਨਾਂ ਦਾ ਗ੍ਰੰਥ ਆ ਉਹਦੇ ਵਿੱਚ ਇੱਕ ਸਲਾਮ ਦੇ ਉਲਟ ਇੱਕ ਪੰਕਤੀ ਜਿਹੜੀ ਲਿਖੀ ਆ, ਮਿੱਟੀ ਮਿੱਟੀ ਮੁਸਲਮਾਨ ਕੀ ਪੀੜੇ ਪਏ ਘੁੰਮਿਆ, ਘੜ ਭਾਂਡੇ ਮੰਗੀਆਂ ਜਲਦੀ ਕਰ ਦਿੱਤਾ। ਤੇ ਜਦੋਂ ਰਾਮ ਰਾਏ ਨੂੰ ਔਰੰਗਜ਼ੇਬ ਨੇ ਪੁੱਛਿਆ ਕਿ ਉੱਥੇ ਜਾ ਕੇ ਫਿਰ ਕੀ ਹੋਇਆ, ਚਾਹੀਦਾ ਤੇ ਸੀ ਡੱਟ ਕੇ ਕਹਿੰਦਾ ਕਿ ਮਿੱਟੀ ਮੁਸਲਮਾਨ ਕੀ ਪੀੜੇ ਪਏ ਘੁੰਮਿਆ, ਕਿਉਂਕਿ ਸਤਿਗੁਰੂ ਜੀ ਨੇ ਆਪ ਬਾਣੀ ਅੰਕਰ ਕੀਤੀ। ਉੱਥੇ ਫਿਰ ਥੋੜ੍ਹੀ ਜਿਹੀ ਜ਼ਬਾਨ ਖੁਸਕੀ ਤੇ ਕਹਿੰਦਾ ਮਿੱਟੀ ਪਈ ਮਾਂ ਕੀ। ਜਦੋਂ ਇਹਨਾਂ ਲਫ਼ਜ ਬੋਲਿਆ ਸੰਗਤਾਂ ਨੇ ਆਣ ਕੇ ਦੱਸਿਆ ਕਿ ਭਾਈ ਰਾਮ ਰਾਏ ਨੇ ਇਹਨਾਂ ਸਤਿਗੁਰ ਦੀ ਬਾਣੀ ਦਾ ਜਿਹੜਾ ਬਦਲ ਦਿੱਤਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਪੁੱਤਰ ਨੂੰ ਜਿਹੜਾ ਇੰਨੀ ਗੱਲ ਕਹਿ ਦਿੱਤੀ ਕਿ ਤੂੰ ਸਾਡੇ ਮੱਥੇ ਨਹੀਂ ਲੱਗੇ ਨਹੀਂ ਲੱਗੇ ਤੇ ਰਾਮ ਰਾਏ ਸਤਿਗੁਰੂ ਗੁਰੂ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ 5 ਸਾਲ ਦੀ ਉਮਰ ਵਿੱਚ ਸਤਿਗੁਰੂ ਜੀ ਨੂੰ ਗੁਰਤਾ ਗੱਦੀ ਬਖਸ਼ੀ, ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਸੋ ਮੈਂ ਗੱਲ ਕਰ ਰਿਹਾ ਸੀ ਉਮਰ ਦੇ ਤਕਾਜੇ ਦੀ ਕਿ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਇੰਨੀ ਉਮਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਛੋਟੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਦੀ ਵੀ ਉਮਰ ਬੜੀ ਛੋਟੀ। ਹੁਣ ਇੱਥੇ ਉਮਰ ਦਾ ਤਕਾਜਾ ਕੀਤਾ ਜਾ ਸਕਦਾ ਕਿ ਜ਼ਿਆਦਾ ਉਮਰ ਵਾਲੇ ਨੂੰ ਅਸੀਂ ਸਿਆਣਾ ਸਮਝੀਏ, ਕਿਉਂਕਿ ਗੁਰਮੁਖ ਪਿਆਰੇ ਇਸ ਘਰ ਵਿੱਚ ਉਮਰ ਦਾ ਕੋਈ ਖਿਆਲ ਨਹੀਂ ਸੀ। ਇਸ ਘਰ ਵਿੱਚ ਤੇ ਉਹ ਸਿਆਣਾ ਹੈ ਜਿਹਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕਰ ਦਿੱਤੀ, ਜਿਹਨੂੰ ਨਾਮ ਦੀ ਸੋਝੀ ਆ ਗਈ ਕਿ ਮੈਂ ਹੁਣ ਸਾਨੂੰ ਕੀ ਚੇਤਾ ਭੁੱਲਾ, ਸਾਨੂੰ ਬਸ ਮਰਨ ਦਾ ਚੇਤਾ ਭੁੱਲਿਆ। ਮੈਂ ਬੇਨਤੀ ਕਰ ਰਿਹਾ ਸੀ ਕਿ ਕਿਤੇ ਮਨ ਦੇ ਵਿੱਚ ਕਿਤੇ ਚੁੱਪ ਰਹੇ ਸਤਿਗੁਰ ਕਿਤੇ ਕਿਰਪਾ ਕਰਨ, ਕਿਤੇ ਇਕਾਂਤ ਮਿਲੇ, ਇਕਾਂਤ ਮਿਲੇ, ਉਸ ਇਕਾਂਤ ਵਿੱਚ ਕਿਤੇ ਵਿਹਲੇ ਬਹਿ ਕੇ ਸੋਚਿਓ ਕਿ ਅਸੀਂ ਇੱਕ ਦਿਨ ਮਰ ਜਾਣਾ। ਸਤਾਰਯੁਗ ਮਾਤਾ ਜੀ ਮਾਤਾ ਸਤਵੰਤ ਕੌਰ ਜੀ ਗਏ ਨਾ ਸਾਡੇ ਵਿੱਚ, ਤੇ ਕੁਛ ਲੋਕ ਇਹ ਸੋਚਿਓ ਕਿ ਅਸੀਂ ਵੀ ਇੱਕ ਦਿਨ ਮਰ ਜਾਣਾ ਹੈ। ਮਰਨ ਤੋਂ ਬਾਅਦ ਅਸੀਂ ਕੋਈ ਨਾਮ ਜਪਿਆ, ਕੋਈ ਚੰਗੇ ਕਰਮ ਕੀਤੇ ਨੇ ਕਿ ਅਗਲੀ ਦਰਗਾਹ ਵਿੱਚ ਸਾਨੂੰ ਕੋਈ ਜਿਹੜਾ ਸਾਡਾ ਲੇਖਾ ਜੋਖਾ ਨਹੀਂ ਕਰੂਗਾ। ਸੋ ਗੁਰਮੁਖ ਪਿਆਰਿਓ ਅੱਗੇ ਸਭ ਕੁਝ ਆਉਣਾ, ਹਰ ਜਪ ਲਾਹਾ ਅਗਲਾ। ਵੇਖੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁੱਖ ਦਾ ਬਚਨ ਆਪ ਜੀ ਨੇ ਹੁਣੇ ਸਰਵਣ ਕੀਤਾ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਜਪ ਲਾਹਾ ਅਗਲਾ,
ਹੁਣ ਬੰਗਲਵਾਣੀ ਤੋਂ ਅੱਗੇ ਕਿਹੜਾ ਪਿੰਡ ਆ, ਇਹਦੇ ਤੋਂ ਅੱਗੇ ਕਿਹੜਾ ਪਿੰਡ ਆ, ਉਸ ਅਗਲੇ ਦੀ ਉਹਦੀ ਗੱਲ ਕੀਤੀ ਆ ਕਿ ਬੰਗਲਵਾਣੀ ਤੋਂ ਅਗਲੇ ਜਿਹੜੇ ਕੋਈ ਜਾਣਗੇ ਉੱਥੇ ਕੀ ਗੱਲ ਹੋਊਗੀ? ਨਹੀਂ, ਉੱਥੇ ਅਗਲਾ ਕਿਹਾ ਹੈ ਮਰਨ ਤੋਂ ਬਾਅਦ ਜਿੱਥੇ ਅਸੀਂ ਜਾਣਾ, ਸਾਡੀ ਰੂਹ ਨੇ ਜਾਣਾ, ਜਿੱਥੇ ਮਰਨ ਤੋਂ ਬਾਅਦ ਸਾਡੀ ਰੂਹ ਨੂੰ ਪੇਸ਼ ਕੀਤਾ ਜਾਣਾ। ਕਿਆ ਤੈ ਕੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਜਦੋਂ ਸਤਿਗੁਰ ਮਿਲੇ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਆਪਣੇ ਰਜੇਰਿਆਂ ਭਰੇ ਸਮੇਂ ਚੋਂ ਸਮਾਂ ਕੱਢ ਕੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਭਾਈ ਪੰਜਾਬ ਸਿੰਘ ਜੀ, ਜਿਨ੍ਹਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬੜਾ ਪਿਆਰ ਅਤੇ ਸਤਿਕਾਰ ਹੈ। ਤੁਸੀਂ ਅੱਜ ਉਹਨਾਂ ਦੇ ਦੁੱਖ ਵਿੱਚ, ਕਿਉਂਕਿ ਮਾਂ ਦਾ ਇੱਕ ਦਰਜਾ ਬਹੁਤ ਉੱਚਾ ਅਤੇ ਸੁੱਚਾ ਪਵਿੱਤਰ ਦਰਜਾ ਹੈ ਗੁਰਮੁਖ ਪਿਆਰਿਓ। ਮਾਵਾਂ ਪਰਮੇਸ਼ਰ ਦਾ ਦੂਸਰਾ ਰੂਪ ਹੈ, ਕਿਉਂਕਿ ਜੇ ਰੱਬ ਕਿਸੇ ਨੇ ਕੋਈ ਕਹਿੰਦਾ ਨਾ ਕਿ ਰੱਬ ਨੂੰ ਦਿਸਦਾ ਨਹੀਂ, ਆਪਣੀ ਮਾਂ ਦੇ ਚਰਨ ਦੋ ਮਿੰਟ ਘੁੱਟ ਲਏ ਤੇ ਆਖੇ ਮੈਂ ਰੱਬ ਦੇ ਚਰਨ ਘੁੱਟ ਲਏ, ਤੇ ਮਾਂ ਵਰਗਾ ਆਪਣੇ ਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ। ਬਾਕੀ ਉਹ ਦੁਨੀਆਂ ਦੇ ਬੂਟੇ ਜਲ ਸੁੱਕਿਆ ਮਰ ਜਾਂਦੇ, ਪਰ ਫੁੱਲਾਂ ਦੇ ਮਰਜਾਇਆ ਇਹ ਬੂਟਾ ਸੁੱਕ ਜਾਵੇ। ਬਾਕੀ ਦੁਨੀਆਂ ਦੇ ਬੂਟੇ ਨੇ ਜਦੋਂ ਜੜ ਭੁੱਖੀ ਜਾਂਦੀ ਤੇ ਮਰਜਾ ਜਾਂਦੇ ਨੇ, ਪਰ ਗੁਰਮੁਖ ਪਿਆਰਿਓ ਇਹ ਮਾਂ ਦਾ ਦਰਜਾ ਬਹੁਤ ਉੱਚਾ ਪਵਿੱਤਰ ਦਰਜਾ ਹੈ। ਸਭ ਕੁਝ ਕਿਰਪਾ ਕਰਨ ਮਾਤਾ ਜੀ ਨੂੰ ਸਤਿਗੁਰੂ ਜੀ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਤੁਸੀਂ ਸਾਰੀਆਂ ਸੰਗਤਾਂ ਪਹੁੰਚੇ ਹੋ, ਤੁਹਾਡਾ ਸਾਰਿਆਂ ਦਾ ਇੱਕ ਇੱਕ ਕਦਮ ਚੱਲ ਕੇ ਆਇਆ ਗੁਰਮੁਖ ਪਰਿਵਾਰ ਦੇ ਸਿਰ ਮੱਥੇ ਆ। ਸੰਗਤ ਵਿੱਚ ਤੁਸੀਂ ਸਾਰੇ ਬਹੁਤ ਸਤਿਕਾਰਯੋਗ, ਸਨਮਾਨਯੋਗ, ਰਾਜਨੀਤਿਕ ਤੌਰ 'ਤੇ ਗੁਰਮੁਖ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਗੁਰਮੁਖ ਪਿਆਰੀਆਂ ਰੋਵਾਂ ਸਮੁੱਚੇ ਤੁਸੀਂ ਸਾਰੇ ਆਏ ਹੋ। ਇੱਕ ਇੱਕ ਜਾਣੇ ਦਾ ਜੇ ਨਾਮ ਲਵਾਂਗੇ ਤਾਂ ਬਹੁਤ ਵੱਡੀ ਮੁਸ਼ਕਿਲ ਹੋਵੇਗੀ। ਸਭ ਨੂੰ ਕਿਰਪਾ ਕਰਨ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਇਸ ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਦਾ ਦੁੱਖ ਘਟਾਇਆ ਹੈ। ਆਓ ਆਪਣਾ ਸਾਹਿਬ ਜੀ ਦੀਆਂ ਛੇ ਪੌੜੀਆਂ ਦੀ ਬਾਣੀ ਪੜ੍ਹੀਏ, ਉਸ ਤੋਂ ਬਾਅਦ ਬਾਬਾ ਜੀ ਅਰਦਾਸ ਬੇਨਤੀ ਕਰਨਗੇ। ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰਨ, ਸਾਰੇ ਸਮਾਗਮਾਂ ਦੀ ਸਮਾਪਤੀ ਹੁਕਮਨਾਮਾ ਲੈਣ ਤੋਂ ਬਾਅਦ ਫਿਰ ਸਾਰੀਆਂ ਸੰਗਤਾਂ ਨੇ ਜੋ ਸੇਵਕਾਂ ਨੇ ਜਲ ਪਾਣੀ ਤਿਆਰ ਕੀਤਾ ਜਾਂ ਅਗਲੇ ਪ੍ਰੋਗਰਾਮ ਜਿੱਦਾਂ ਨੇ ਆਪ ਜੀ ਨੂੰ ਦੱਸੇ ਜਾਣਗੇ। ਹੁਣ ਅਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੀ ਬਾਣੀ ਪੜ੍ਹ ਕੇ ਉਸ ਤੋਂ ਬਾਅਦ ਫਿਰ ਸਮਾਪਤ ਕਰੀਏ। ਰਾਮ ਕਲੀ ਮਹਲਾ ਤੀਜਾ, ਆਨੰਦ ਤੂੰ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪੇ ਹਰੇ ਰਿਆ, ਸਤਿਗੁਰੂ ਸਤਿਗੁਰ ਪਾਤਾਇਆ ਸਹਿਤ ਸਿੱਧੇ ਨਾਮ ਦਿਆ, ਰਾਗ ਤੂੰ ਪਰਵਾਰ ਕਰਿਆ ਸ਼ਬਦ ਦਾ ਮਿਲਿਆ, ਸਬਦੋ ਤਰਾ ਵਾਲੀ ਮੇਰਾ ਮਨ ਜਨੀ ਵਸਾ, ਹੈ ਦੁਸ਼ਕਤ ਕਾਲ ਰਾਮ ਤੇ ਮੁਕਤੀ ਕਿਵੇਂ ਜਿੱਤੀ ਛੁੱਟੀ ਨਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਵੀਰ ਜੀ ਨਾਲ ਕੀਰਤਨ ਕੀਤਾ ਵਾ, ਚੰਗਾ ਜੀ ਖਾਲਸਾ ਵਧੇ ਜੀ। ਇਹ ਜਾ ਰਿਹਾ ਜੀ ਹੁਣ ਕਾਂਗੜੇ ਕੀਰਤਨ ਕਰਨ ਹਿਮਾਚਲ ਪ੍ਰਦੇਸ਼। ਲੰਗਰ ਪਿਆ ਰਿਹਾ ਜੀ, ਕਿਤੇ ਕੰਮ ਤੁਰ ਪਿਆ ਵਾ, ਹੁਣ ਵਾਧੂ ਭੀੜ ਕੰਟਰੋਲ ਕਰਨ ਵਾਸਤੇ ਨਾ ਬੀਬੀਆਂ ਨੂੰ ਬਿਠਾ ਲਿਆ ਗੁਰਦੁਆਰੇ 'ਚ ਏਸੀ 'ਚ, ਜਿਹੜੇ ਸਾਡੇ ਬੀਬੇ ਆ, ਬੀਬੇ ਆਣ ਕੇ ਹੁਣ ਪ੍ਰਸ਼ਾਦਾ ਛਕਣਗੇ। ਇਕੱਠੇ ਨਹੀਂ ਆ ਸਕਦੇ ਕਿਉਂਕਿ ਭੀੜ ਆ, ਸਪਲਿਟ ਵੀ ਅਸੀਂ ਕੰਮ ਤਾਂ ਹੀ ਕੀਤਾ ਸੀ ਵੀ
ਅੱਧੇ ਗੁਰਦੁਆਰੇ ਦੇ ਅੱਧੇ ਪਹੁੰਚੇ ਹੋ ਕੇ ਜਾ ਕੇ ਕਰਨਗੇ ਤੇ ਭੀੜ ਠੀਕ ਰਹੂ ਪੰਜਾਬ ਨੇ ਕਹਿਰ ਕਮਾਤਾ ਕਹਿਰ ਵੇਖੋ ਇੱਧਰ ਵੇਖੋ ਕਹਿਰ ਕਮਾਇਆ ਖਿਆਲ ਰੱਖੀ ਕੋਈ ਟਮਾਟਰ ਚੁੱਕੇ ਨਾ ਅਸੀਂ ਹੈ ਨਾ ਖਾਓ ਸੌ ਵਾਰੀ ਖਾਓ ਹਾਂ ਇਹਨੂੰ ਖੜਨਾ ਨਹੀਂ ਇਹਨੂੰ ਬੈਨ ਲੱਗਾ ਵਾ चलो ये साड़ी वीडियो जी एक प्रोग्राम ही दसता आपां तो हुण आपां वीडियो खत्म कर लगे हाँ तो हुण मिलते हैं आपां मास्टर पंजाब सिंह नूं ते भाजी बिक्रम सिंह हुणां नूं ये है जी साडे मास्टर पंजाब सिंह हुणी अगे मैं मुलाकात अहीं कीती है पहले हुंदी रहिंदी आ ये साडे भाजी बिक्रम हुणी तो मैं गल करन डिया हाँ कि भाजी मैं सोचन डिया भी पांच सेकेंट की पांच मिनट की पांच हफ्ते की पांच साल की माता ने सेवा मेरे हिसाब साल भी साल हो गए अच्छा गल कर सतारा साल तो माता मंजे ते ही है ना ते पंजाब सिंह ने जिहड़ी सेवा की है ना वो काबिले तारीफ की है चलो पूरे परिवार ने छोटे लैवल ਤੇ ਨਹੀਂ ਸੀਗਾ ਵੱਡੇ ਪਾਪਾ ਜੀ ਹੋਰਾਂ ਦੀ ਜਿਹੜੀ ਪ੍ਰੋਬਲਮ ਸੀ ਨਾ ਉਹਨਾਂ ਨੂੰ ਜਦੋਂ ਇੱਕ ਵਾਰੀ ਅਟੈਕ ਆ ਗਿਆ ਸੀ ਉਦੋਂ ਅੰਮ੍ਰਿਤਸਰ ਕਰਨੀ ਸ਼ਾਇਦ ਜ਼ਿਆਦਾ ਆਪਾਂ ਨਿਕਲ ਗਏ ਅਤੇ ਅਜੀਤ ਕਰਦਾ ਹੋਵੇ ਦੇ ਉਸ ਤੋਂ ਬਾਅਦ ਉਹ ਮੈਡੀਸਨ ਉੱਥੇ ਹੀ ਚੱਲੀ ਉਹਨਾਂ ਦੀ ਮਾਤਾ ਹੋਣਾਂ ਦੀ ਪਤਾ ਕਿ ਉਹਨਾਂ ਤੋਂ ਪਹਿਲਾਂ ਦੇ ਹਰੇ ਮੈਂ ਮੁੱਦਾ ਹੁਣ ਇਹ ਕਰਨ ਡਿਆ ਵੀ ਜਿੱਦਾਂ ਪਾਪ ਜਾ ਸੇਵਾ ਕਰ ਲਈ ਪੇਪਰ ਪਿਆ ਸੀ ਬੜਾ ਵੱਡਾ ਅਤੇ ਪਾਸ ਹੋ ਗਿਆ ਪਾਪ ਪੰਜਾਬ ਹੈ ਨਾ ਅਤੇ ਹੋ ਸਕਦਾ ਵੀ ਸਾਨੂੰ ਮੌਕਾ ਮਿਲੇ ਅਸੀਂ ਸਾਲ ਛੇ ਮਹੀਨੇ ਦੋ ਮਹੀਨੇ ਤਿੰਨ ਮਹੀਨੇ 'ਚ ਫੇਲ ਹੋ ਜਾਈਏ ਅੱਕ ਜਾਈਏ ਖਿੱਚ ਜਾਈਏ ਹੋ ਸਕਦਾ ਮੌਕਾ ਨਾ ਬਣੇ ਵੀ ਇਹ ਨਹੀਂ ਪਤਾ ਵੀ ਰੱਬ ਨੇ ਪਰਚਾ ਪਾਉਣਾ ਵਾ ਅਤੇ ਕਿੱਡਾ ਪਾਉਣਾ ਵਾ ਕਿਉਂ ਭਾਅ ਜੀ ਬਿਲਕੁਲ ਜੀ ਹੈ ਨਾ ਮਾਲਕ ਦੇ ਹੱਥ ਹੋ ਸਕਦਾ ਕੋਈ 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 ਬੰਦਾ ਗੰਦਾ ਹੋਵੇ ਤਾਂ ਉਹਨੂੰ ਪਰਚਾ ਪਵੇ ਹੀ ਨਾ ਤੇ ਉਹ ਚੰਗਾ ਚੰਗਾ ਸਾਬਤ ਹੋ ਜੇ ਸਮਾਜ ਵਿੱਚ ਇਹ ਮਾਲਕ ਪ੍ਰਮਾਤਮਾ ਨੇ ਇਹ ਸੇਵਾ ਜਿੱਦ ਕੋ ਲੈਣੀ ਹੈ ਹਾਂ ਹਾਂ ਬਾਬਾ ਜੀ ਇਹ ਸੇਵਾ ਇਹ ਬੜੀ ਵੱਡੀ ਗੱਲ ਆ ਬਿਲਕੁਲ ਗੱਲ ਸਹੀ ਹਾਂ ਜਿਹਦੇ ਕੋਲੋਂ ਮਾਲਕ ਦੀ ਸੇਵਾ ਲੈਣੀ ਹੋਏ ਹਾਂ ਉਹਨੂੰ ਹੀ ਇਹ ਸੇਵਾ ਦੇ ਹਾਂ ਉਹਨੂੰ ਬਾਲੇ ਹੀ ਮਾਲਕ ਕੋਲੋਂ ਮਿਲਦਾ ਹਾਂ ਬੇ ਸਭ ਤੋਂ ਵੱਡੀ ਗੱਲ ਹੈ ਕਿ 17 ਸਾਲ ਮਾਤਾ ਜਿਹੜੇ ਬੈੱਡ ਤੇ ਰਹੇ ਨੇ ਪਰ ਉਹਨਾਂ ਇੱਕ ਵਾਰੀ ਵੀ ਰੱਬ ਨਾਲ ਸ਼ਿਕਵਾ ਨਹੀਂ ਕੀਤਾ ਹਾਂ ਕਿ ਜਾਂ ਮੈਨੂੰ ਪ੍ਰਮਾਤਮਾ ਲੈ ਜਾ ਜਾਂ ਮੇਰੇ ਨਾਲ ਕੀ ਕੀਤਾ ਇੱਕ ਵਾਰੀ ਵੀ ਕਦੀ ਨਹੀਂ ਉਹਨਾਂ ਨੇ ਸ਼ਿਕਵਾ ਕੀਤਾ ਕਿ ਪ੍ਰਮਾਤਮਾ ਨੂੰ ਕਿਹਾ ਕਿ ਜੋ ਤੇਰੀ ਰਜਾ ਵਾ ਉਹ ਹੀ ਤੇ ਪੰਜਾਬ ਦੱਸਦਾ ਹੁੰਦਾ ਪੰਜਾਬ ਦਾ ਵਿਆਹ ਹੋਇਆ ਸੀ ਵੀ ਮਾਤਾ ਮੰਜੇ ਤੇ ਪੈ ਗਈ ਤੇ ਨਿਆਣੇ ਉਹ ਨਿਆਣੇ ਪੂਰੇ ਜਵਾਨ ਹੋ ਗਏ ਵਿਆਹ ਵਾਕਿਆ ਹੀ ਹੈ ਨਾ ਸੱਚ ਸੀ ਵਿਆਹ ਉਦੋਂ ਕੀਤਾ ਗਿਆ ਯੋਗਾਂ ਦੀ ਸੇਵਾ ਉਹ ਇੱਕ ਗੱਲ ਕਮਾ ਇਹ ਭਪਿੰਦਰ ਨੇ ਉਹ ਚੀਜ਼ ਨੂੰ ਨਿਭਾਇਆ ਪੂਰੀ ਤਰ੍ਹਾਂ ਹਾਂ ਇਹੋ ਗੱਲ ਕਰਦੇ ਨਾ ਤੈਨੂੰ ਭਾਇਆ ਪੂਰਾ ਕਿ ਐਂਡ ਤੱਕ ਬੰਦਾ ਫਲਾਫ ਨਹੀਂ ਹੋਇਆ ਜੇ ਹੋਰ ਮੌਕਾ ਮਿਲ ਜਾਂਦਾ ਪਹਿਲੇ ਪੰਜਾਬ ਫਲਾਫ ਨਹੀਂ ਹੋਣਾ ਹਨਾ ਨਹੀਂ ਤੇ ਬੜੇ ਬੜੇ ਵੱਡੇ ਬੰਦੇ ਫਲਾਫ ਹੋ ਜਾਂਦੇ ਆ ਫਿਰ ਦਸਾਂ ਗੱਲ ਲੱਭਦੇ ਫਿਰ ਦੋ ਗੱਲਾਂ ਕਰਕੇ ਹੁਣ ਵੀਡੀਓ ਦਾ ਐਂਡ ਕਰਦੇ ਆ ਹਾਂ ਤੂੰ ਕਰ ਦੋ ਐਂਡ ਕਰ ਦੋ ਐਂਡ ਤੁਸੀਂ ਕੀ ਦੱਸੋ ਮੈਸੇਜ ਕੀ ਦੇਣਾ ਚਾਹੁੰਦੇ ਹੋ ਪਿੰਡ ਸਿੰਘ ਜੀ ਜੀ ਕਹਿ ਰਹੇ ਨੇ ਸਾਰਾ ਜੋ ਦੀ ਬਦਲਤ ਆਪਣੀ ਮਾਂ ਪਿਓ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰੇ ਹਾਂ ਦੇਖੋ ਇਹਨੂੰ ਭਾਈ ਵੱਡੇ ਗੁਰਦੁਆਰੇ ਵਿੱਚ ਸੇਵਾ ਕਰਨ ਨੂੰ ਵੀ ਇੱਕ ਸੇਵਾ ਕਰਨ ਜਦੋਂ ਘਰ ਤੋਂ ਸੇਵਾ ਸ਼ੁਰੂ ਹੋ ਜਾਂਦੀ ਆ ਵੀ ਇਹ ਨਾ ਵੀ ਘਰ ਖਾਂਦੇ ਪਿਆ ਹੋਵੇ ਤੇ ਉਹਨੂੰ ਖਿਲਾਰ ਕੇ ਚੱਲੋ ਉੱਥੇ ਜਾ ਕੇ ਝਾੜੂ ਖੋਣ ਲੱਪੋ ਟ੍ਰੈਫਿਕਸ ਕੀ ਆ